ਰੇਲ ਗੱਡੀ ਦੇ ਵਿੱਚ ਬਲਾਸਟ ਹੋਇਆ ਜਿਸ ਦੇ ਨਾਲ ਚਾਰ ਜਣੇ ਜਿਹੜੇ ਨੇ ਜ਼ਖਮੀ ਹੋ ਗਏ ਨੇ ਜ਼ਖਮੀਆਂ ਦੇ ਵਿੱਚ ਇੱਕ ਔਰਤ ਵੀ ਜਿਹੜੀ ਹੈ ਸ਼ਾਮਲ ਹੈ ਤਾਂ ਬਲਾਸਟ ਜਿਹੜਾ ਹੋਇਆ ਹੈ ਉਹ ਅੰਮ੍ਰਿਤਸਰ ਹਾਵੜਾ ਜਾ ਰਹੀ ਟ੍ਰੇਨ ਦੇ ਵਿੱਚ ਹੋਇਆ ਹੈ ਜਿਸ ਤੋਂ ਬਾਅਦ ਤਿੰਨ ਜਣੇ ਜ਼ਖਮੀ ਹੋ ਜਾਂਦੇ ਤਾਂ ਸਰਹੰਦ ਰੇਲਵੇ ਸਟੇਸ਼ਨ ਤੇ ਇਹ ਪੂਰੀ ਜਿਹੜੀ ਘਟਨਾ ਉਹ ਵਾਪਰੀ ਹੈ ਸਰਹੰਦ ਰੇਲਵੇ ਸਟੇਸ਼ਨ ਤੇ ਘਟਨਾ ਵਾਪਰੀ ਹੈ ਬਲਾਸਟ ਹੋ ਜਾਂਦਾ ਹੈ ਚਾਰ ਜਣੇ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਤਾਂ ਪੂਰਾ ਮਾਮਲਾ ਸੀ ਤੁਹਾਨੂੰ ਦੱਸਦਾ ਨੇ ਦਰਅਸਲ ਅੰਮ੍ਰਿਤਸਰ ਹਾਵੜਾ ਜਿਹੜੀ ਰੇਲ ਗੱਡੀ ਜਾ ਰਹੀ ਸੀ ਟ੍ਰੇਨ ਜਾ ਰਹੀ ਸੀ ਇਸ ਦੇ ਵਿੱਚ ਜੋ ਪੁਲਿਸ ਦਾ ਕਹਿਣਾ ਕਿ ਇਸ ਦੇ ਵਿੱਚ ਇੱਕ ਬਾਲਟੀ ਪਈ ਸੀ ਬਾਲਟੀ ਦੇ ਵਿੱਚ ਨਾ ਪਟਾਕੇ ਰੱਖੇ ਹੋਏ ਸੀ ਪਟਾਕੇ ਰੱਖੇ ਹੋਏ ਸੀ ਜਿਸ ਦੇ ਨਾਲ ਕੋਈ ਬੀੜੀ ਜਾਂ ਸਿਗਰਟ ਦੇ ਨਾਲ ਉਸਦੀ ਕੋਈ ਚਿੰਗਾਰੀ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਸ ਬਾਲਟੀ ਦੇ ਵਿੱਚ ਜਿਹੜਾ ਹੈਗਾ ਬਲਾਸਟ ਹੋ ਜਾਂਦਾ ਹੈ ਇੱਕ ਰੇਲ ਗੱਡੀ ਦੇ ਡੱਬੇ ਦੇ ਵਿੱਚ ਪੂਰੀ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਲੋਕ ਵੀ ਜਿਹੜੇ ਨੇ ਯਾਤਰੀ ਸੀਗੇ ਮੌਜੂਦ ਸੀਗੇ ਤਾਂ ਯਾਤਰੀ ਜਿਹੜੇ ਬਿਲਕੁਲ ਕੋਲ ਬੈਠੇ ਸੀ ਜਦੋਂ ਬਲਾਸਟ ਹੋਇਆ ਤਾਂ ਇਸ ਦੌਰਾਨ ਚਾਰ ਜਣੇ ਜਿਹੜੇ ਨੇ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਜਿਹੜਾ ਭਰਤੀ ਕਰਵਾਇਆ ਜਾਂਦਾ ਹੈ ਤਾਂ ਬੀਤੀ ਰਾਤ ਦੀ ਜਿਹੜੀ ਇਹ ਘਟਨਾ ਦੱਸੀ ਜਾ ਰਹੀ ਹੈ ਸਰਹੰਦ ਜੋ ਸ਼ਹਿਰ ਹੈ ਸਰਹੰਦ ਰੇਲਵੇ ਸਟੇਸ਼ਨ 'ਤੇ ਪੂਰੀ ਘਟਨਾ ਵਾਪਰੀ ਹੈ ਅੰਮ੍ਰਿਤਸਰ ਹਾਵੜਾ ਜਿਹੜੀ ਐਕਸਪ੍ਰੈਸ ਟ੍ਰੇਨ ਹੈ ਉਸ 'ਤੇ ਇੱਕ ਜਨਰਲ ਡੱਬੇ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਇੱਕ ਬਾਲਟੀ ਪਈ ਸੀ ਬਾਲਟੀ ਦੇ ਵਿੱਚ ਪਟਾਕੇ ਰੱਖੇ ਹੋਏ ਸੀਗੇ ਪਟਾਕਿਆਂ ਦੇ ਉੱਪਰ ਅਚਾਨਕ ਅੱਗ ਦੀ ਕੋਈ ਚਿੰਗਾਰੀ ਲੱਗ ਜਾਂਦੀ ਜਿਸ ਤੋਂ ਬਾਅਦ ਇਹ ਬਲਾਸਟ ਜਿਹੜਾ ਹੋ ਜਾਂਦਾ ਉਸ ਤੋਂ ਬਾਅਦ ਮੌਕੇ 'ਤੇ ਪੁਲਿਸ ਪੁੱਜਦੀ ਹੈ ਮੌਕੇ 'ਤੇ ਜਿਹੜੇ ਜ਼ਖਮੀ ਸੀ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਪੂਰੇ ਮਾਮਲੇ 'ਤੇ ਪੁਲਿਸ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਹਾਂ ਟ੍ਰੇਨ ਨੰਬਰ 13006 ਹਾਵੜਾ ਮੇਲ ਸੀਗੀ ਇਹ ਆਪਣੀ ਅੰਮ੍ਰਿਤਸਰ ਤੋਂ ਜਾਂਦੀ ਹੈ ਹਾਵੜੇ ਨੂੰ ਤੇ ਇਹਦੇ ਵਿੱਚ ਪਿਛਲੇ ਜਨਰਲ ਕੋਈ ਦੇ ਵਿੱਚ ਤਿੰਨ ਆਪਣੇ ਇੱਕ ਬਾਲਟੀ ਸੀ ਬਾਲਟੀ ਦੇ ਵਿੱਚ ਪਟਾਕੇ ਪਏ ਸੀ ਉਹਨਾਂ ਨੂੰ ਕਿਤੇ ਅਚਾਨਕ ਕਿਤੇ ਬਿਜਲੀ ਸਿਗਨਲ ਅੱਗ ਲੱਗ ਗਈ ਤੇ ਉੱਥੇ ਤਿੰਨ ਬੰਦੇ ਆਪਣੇ ਤਿੰਨ ਬੰਦੇ ਤੇ ਇੱਕ ਲੇਡੀ ਜ਼ਖਮੀ ਹੋਏ ਨੇ ਸਿਵਲ ਹਸਪੀਟਲ ਆਪਾਂ ਇੱਥੇ ਫਤਿਹਗੜ੍ਹ ਸਾਹਿਬ ਦਾ ਸ਼ਿਫਟ ਕਰਦੇ ਨੇ ਕੀ ਨਾਮ ਨੇ ਜ਼ਖਮੀਆਂ ਦੇ ਜ਼ਖਮੀਆਂ ਦੇ ਨਾਮ ਨੇ ਅਜੇ ਕੁਮਾਰ ਹੈ ਇੱਕ ਸੰਗੀਤਾ ਕੁਮਾਰੀ ਹੈ ਉਹਦੀ ਵਾਈਫ ਹੈ ਅਸ਼ੂਤ ਪਾਲ ਹੈ ਇਹ ਸਾਰੇ 32 ਸਾਲ ਦੀ ਉਮਰ ਦੇ ਨੇ ਅੱਜ ਤਕਰੀਬਨ 10:20 ਹਾਵੜਾ ਮੇਲ ਜਿਹੜੀ ਐਕਸਪ੍ਰੈਸ ਜਿਹੜੀ ਆ ਅੰਮ੍ਰਿਤਸਰ ਤੋਂ ਜਾ ਰਹੀ ਸੀ ਉਹਦੇ ਵਿੱਚ 10:20 ਤਕਰੀਬਨ ਬਲਾਸਟਿੰਗ ਜਿਹੜੀ ਹੋਈ ਆ ਜਿਹਦੇ ਵਿੱਚ ਕੋਈ 4 ਪੇਸ਼ੈਂਟ ਉੱਥੋਂ ਇੱਥੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਐਮਰਜੈਂਸੀ ਵੀ ਲਿਆਂਦੇ ਗਏ ਨੇ ਚਾਰਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਜਿਹੜਾ ਉਹਨਾਂ ਨੂੰ ਦੇਖਿਆ ਗਿਆ ਤੇ ਚਾਰੋਂ ਪੇਸ਼ੈਂਟ ਜਿਹੜੇ ਨੇ ਆਊਟ ਆਫ ਡੇਂਜਰ ਨੇ ਸਟੇਬਲ ਆ ਉਹਨਾਂ ਦੀ ਕੰਡੀਸ਼ਨ ਸਟੇਬਲ ਮੇਰਾ ਨਾਮ ਰਾਕੇਸ਼ ਪਾਲ ਹੈ ਮੈਂ ਅੰਮ੍ਰਿਤਸਰ ਤੋਂ ਆ ਰਹਾ ਸੀ ਫਿਰ ਅਚਾਨਕ ਸੇ ਹੀ ਟ੍ਰੇਨ ਦੇ ਅੰਦਰ ਉਹ ਮਤਲਬ ਸਾਮਾਨ ਕੁਝ ਤਾਂ ਪਤਾ ਨਹੀਂ ਤਾਰ ਸੋਕਟ ਹੋਈ ਜਾਂ ਕੀ ਹੋਆ ਉਹੀਂ ਤੇ ਪਟਾਕਾ ਖੂਬ ਤੇਜ਼ ਤੇ ਹੋਆ ਫਿਰ ਪੂਰੀ ਗਾੜੀ ਦੇ ਅੰਦਰ ਦੁਆ ਹੀ ਦੁਆ ਹੋ ਗਿਆ ਫਿਰ ਮੇਰੇ ਭਾਈ ਕੋ ਵੀ ਜ਼ਿਆਦਾ ਚੋਟ ਲੱਗ ਗਈ ਕਿ ਮੈਨੇ ਵਹਾਂ ਸੇ ਕਿਸੇ ਸੇ ਮਦਦ ਵੀ ਮੰਗ ਰਹੇ ਕਿ ਮੇਰੇ ਕੋ ਕੋਈ ਹਸਪਤਾਲ ਲੈ ਕੇ ਬਤਾ ਦੋ ਫਿਰ ਵਹਾਂ ਚਲਾ ਕੇ ਐਡਮਿਟ ਕੀਆ ਆਪਕੇ ਸਾਥ ਕੌਣ ਕੌਣ ਸੀ ਮੇਰਾ ਭਾਈ ਮੈਂ ਤਾਂ ਮੈਂ ਆਪਣੇ ਲਖਨਊ ਕੋ ਉਤਰਨੇ ਵਾਲਾ ਤਾਂ ਮੈਂ ਦੋ ਹੀ ਭਾਈ ਆ ਛੱਪੀਜਾ ਕੇ ਲਈ ਘਰ ਜੀ ਕਿਸ ਕੇ ਲਈ ਪੂਜਾ ਕੇ ਲਈ ਉਹਨਾਂ ਘਰ ਤੇ ਜਾ ਰਹੇ ਸੀ ਕੱਲ ਭਾਈ ਦੀ ਸੀ ਮੈਂ ਆਉਂਦੇ ਸੱਤੇ ਯੂਪੀ ਲਖਨਊ ਤੇ ਹੂੰ ਜ਼ਿਲ੍ਹਾ ਬਹਿਰਾਇਚ ਸੇ ਅੱਛਾ ਉਹ ਪਤਾ ਨਹੀਂ ਲੱਗਾ ਕਾਰਨ ਕਿਆ ਹੋਇਆ ਨਹੀਂ ਸਰ ਇਹ ਆ ਚਲਤੀ ਗਾੜੀ ਵੀ ਹਾਸਤਾ ਹੋਆ ਇਹ ਨਹੀਂ ਪਤਾ ਚਲਾ ਕਿ ਤਾਰ ਸੋਕਟ ਕੋ ਜੇਤੇ ਹੋਆ ਜਾਂ ਕਿਸੇ ਕੇ ਬਾਲਟੀ ਕੋ ਜੇਤੇ ਹੋਆ ਮਗਰ ਹੁਆ ਬਹੁਤ ਤੇਜ਼ ਤੇ ਧਮਾਕਾ ਹੀ ਹੁਆ ਜੈਸੇ ਨਹੀਂ ਨਹੀਂ ਜਗ ਰਹਾ ਤਾ ਸਾਰੇ ਲੋਕ ਵਹਾਂ ਪੇ ਕੋਈ ਵੀ ਕੋਈ ਮਤਲਬ ਜਰਨਲ ਡੱਬੇ ਮੇਂ ਜਰਨਲ ਡੱਬੇ ਮੇਂ ਹੀ ਬੈਠੇ ਹੋਏ ਸੀ ਲਾਸਟ ਮੇਂ ਬੈਠੇ ਸਭ ਤੋਂ ਨਹੀਂ ਇਹ ਦੋ ਡੱਬੇ ਛੁਟੇ ਹੋਏ ਤੇ ਤੀਸਰੇ ਨੰਬਰ ਤੋਂ ਮੈਂ ਬੈਠਾ ਹੁਆ ਥਾ ਪੀਛੇ ਦੋ ਡੱਬੇ ਛੁਟੇ ਥੇ ਉਸੇ ਮੇਂ ਹਾਸਤਾ ਹੁਆ ਹੈ